हेलो माय डियर स्टूडेंट्स ऑफ 10थ क्लास बेटा जी स्टेट टेस्ट ਦੇ ਵਿੱਚ ਅਗਲਾ ਜਿਹੜਾ ਚੈਪਟਰ ਹੈ ਤੁਹਾਡੇ ਨਾਲ ਉਹ ਮੈਂ ਡਿਸਕਸ ਕਰਨ ਜਾ ਰਹੀਆਂ ਉਹਦੀ ਇੱਕ ਕੁਇਕ ਰਿਵੀਜ਼ਨ ਮੈਂ ਤੁਹਾਨੂੰ ਕਰਵਾਉਣ ਜਾ ਰਹੀਆਂ ਔਰ ਉਹ ਚੈਪਟਰ ਤੁਹਾਡਾ ਹੈ ਜੀ ਕਾਰਬਨ ਐਂਡ ਇਟਸ ਕੰਪਾਊਂਡ ਔਰ ਬਹੁਤ ਹੀ ਜ਼ਿਆਦਾ ਕੁਇਕ ਰਿਵੀਜ਼ਨ ਹੋਏਗੀ ਕੀ ਕੀ ਸਿਲੇਬਸ ਚੋ ਕੱਟ ਦਿੱਤਾ ਗਿਆ ਹੈ ਕੀ ਕੀ ਸਿਲੇਬਸ ਚ ਆਪਾਂ ਇਹਦੇ ਚ ਐਡ ਕਰਨਾ ਹੈ ਠੀਕ ਹੈ ਜੀ ਕਾਰਬਨ ਐਂਡ ਇਟਸ ਕੰਪਾਊਂਡਸ ਦੀ ਜਿਹੜੀ ਰਿਵੀਜ਼ਨ ਹੈ ਡਿਸਕਸ ਅਬਾਊਟ ਇਟ ਤਾਂ ਸਭ ਤੋਂ ਪਹਿਲੇ ਮੈਂ ਤੁਹਾਡੇ ਨਾਲ ਡਿਸਕਸ ਕਰਨਾ ਚਾਹਨੀ ਆ ਕਿ ਕਾਰਬਨ ਐਂਡ ਇਟਸ ਕੰਪਾਉਂਡਸ ਦੇ ਵਿੱਚ ਜਿਹੜਾ ਮੇਨ ਹੈ ਕਿ ਜੀ ਉਹ ਕੀ ਹੈ ਬੌਂਡਿੰਗ ਇਨ ਕਾਰਬਨ ਜਿਹਨੂੰ ਆਪਾਂ ਕਹਿੰਦੇ ਆ ਬੰਧਨ ਕਾਰਬਨ ਦੇ ਵਿੱਚ ਬੌਂਡਿੰਗ ਇਨ ਕਾਰਬਨ ਦੀ ਗੱਲ ਕਰਾਂ ਜੇ ਮੈਂ ਤਾਂ ਤੁਹਾਨੂੰ ਸਭ ਨੂੰ ਪਤਾ ਹੈ ਕਿ ਕਾਰਬਨ ਕਿੱਦਾਂ ਦੇ ਬੌਂਡ ਬਣਾਉਂਦਾ ਹੈ ਜੀ ਕਾਰਬਨ ਕੋਵਲੈਂਟ ਬੌਂਡ ਬਣਾਉਂਦਾ ਹੈ ਹਨਾ ਜੀ कार्बन को विल बॉन्न बना है तो यदा अटोमिक नंबर कि जी यमिक नंबर सिक्स है जिन्हों जिनू टू फोर लिख दौ और चार इलैक्ट्रॉन वो लूज करने गेन करने बहुत औखे है क्योंकि बेटा जी ये जे ये चार इलैक्ट्रॉन लूज करता है गेन करता है फिर ही ये नोबल गैस कॉन्फिग्रेसन जी है उसनू इटेन कर पाँदा है ਠੀਕ ਹੈ ਜੀ ਹੁਣ ਕਿਉਂ ਕਾਰਬਨ ਲਈ C4 ਪੋਜ਼ੀਟਿਵ ਯਾਨੀ ਚਾਰ ਇਲੈਕਟ੍ਰੋਨ ਦੇ ਕੇ C4 ਪੋਜ਼ੀਟਿਵ ਤੇ ਚਾਰ ਇਲੈਕਟ੍ਰੋਨ ਲੈ ਕੇ C4 ਨੈਗੇਟਿਵ ਜਿਹੜਾ ਹੈ ਉਹ ਦੋਨੋਂ ਚੀਜ਼ਾਂ ਜਿਹੜੀਆਂ ਬਣਾਉਣੀਆਂ ਉਹ ਨਹੀਂ ਪੋਸੀਬਲ ਤਾਂ ਕਿਉਂ ਨਹੀਂ ਪੋਸੀਬਲ ਜੀ ਕਿਉਂਕਿ ਜੇ ਉਹ C4 ਪੋਜ਼ਿਟਿਵ ਬਣਾਉਂਦਾ ਹੈ ਯਾਨੀ ਲੂਜ਼ ਕਰਦਾ ਹੈ ਚਾਰ ਇਲੈਕਟ੍ਰੋਨ ਤੇ ਤੇ ਇਹਦੇ ਲਈ ਲਾਰਜ ਅਮਾਉਂਟ ਆਫ એનર્ਜੀ ਟੂ ਰਿਮੂਵ ਚਾਹੀਦੀ ਹੈ ਜੀ ਲਾਰਜ એનર્ਜੀ ਜਿਹੜੀ ਕਿ ਪੋਸੀਬਲ ਨਹੀਂ ਹੈ ਲਾਰਜ ਅਮਾਉਂਟ ਆਫ એનર્ਜੀ ਚਾਹੀਦੀ ਹੈ ਟੂ ਰਿਮੂਵ ਦਿਸ which is not possible ਠੀਕ ਹੈ ਜੇ ਮੈਂ C4 네ਗੇਟਿਵ ਦੀ ਗੱਲ ਕਰਾਂ ਤਾਂ ਗੇਨ ਕਰਨ ਲਈ ਇਹ ਵੀ ਡਿਫਿਕਲਟ ਹੈ ਕਿਉਂ ਕਿ ਨਿਊਕਲੀਅਸ ਜਿਹੜਾ ਹੈ ਉਹ 6 ਪ੍ਰੋਟੋਨਸ ਦੇ ਕੰਪੈਰੀਜ਼ਨ 10 ਇਲੈਕਟ੍ਰੋਨਸ ਨੂੰ ਹੋਲਡ ਨਹੀਂ ਕਰ ਸਕਦਾ ਠੀਕ ਹੈ ਜੀ ਨਿਊ ਜਿਹੜਾ ਨਿਊਕਲੀਅਸ ਹੈ that do not hold ਕੀ ਗੱਲ ਕਰਾਂਗੀ ਨਿਊਕਲੀਅਸ ਹੈ that do not hold 6 ਪ੍ਰੋਟੋਨਸ ਠੀਕ ਹੈ ਜੀ 6 ਪ੍ਰੋਟੋਨਸ ਅਗੇਂਸਟ 10 ਇਲੈਕਟ੍ਰੋਨਸ ਬਿਲਕੁਲ ਤਾਂ ਇਹਦੇ ਲਈ ਔਖਾ ਹੋ ਜਾਏਗਾ ਇਹਦਾ ਮਤਲਬ ਕਾਰਬਨ ਇਹਨਾਂ ਸਾਰੀਆਂ ਪ੍ਰੋਬਲਮਸ ਨੂੰ ਓਵਰਕਮ ਕਰਨ ਲਈ ਕੀ ਕਰਦਾ ਹੈ ਜੀ ਸ਼ੇਅਰਿੰਗ ਕਰਦਾ ਹੈ ਸ਼ੇਅਰਿੰਗ ਨੂੰ ਤੁਸੀਂ ਕੀ ਕਹਿੰਦੇ ਹੋ ਜੀ ਸ਼ੇਅਰਿੰਗ ਨੂੰ ਇਹ ਕਹਿੰਦੇ ਆ ਕਿ ਅਸੀਂ ਸਾਡੇ ਕੋ ਪੈਨਸਲ ਹੈ ਨਹੀਂ ਤੇ ਨਾਲ ਦੇ ਬੰਦੇ ਕੋ ਪੈਨ ਹੈ ਨਹੀਂ ਉਹ ਕਹਿੰਦਾ ਤੂੰ ਮੇਰੀ ਪੈਨਸਲ ਵਰਤ ਲੈ ਤੇ ਮੈਂ ਤੇਰਾ ਪੈਨ ਵਰਤ ਲੈਣਾ ਇਨ ਇੱਕ ਸਿੰਪਲ ਜੀ ਵੀ ਲੇਮਨ ਦੀ ਲੈਂਗੁਏਜ ਮੈਂ ਤੁਹਾਨੂੰ ਇਹ ਗੱਲ ਕਹਿੰਦੀ ਆ ਜਿਹਨੂੰ ਆਪਾਂ ਕਹਿੰਦੇ ਆ ਕਿ ਮਿਊਚੁਅਲ ਸ਼ੇਅਰਿੰਗ ਹੋ ਗਈ ਔਰ ਜਿਹਦੇ ਨਾਲ ਜਿਹੜਾ ਬੌਂਡ ਫਾਰਮ ਹੋਇਆ ਮਿਊਚੁਅਲ ਸ਼ੇਅਰਿੰਗ ਦੇ ਨਾਲ ਜਿਹੜਾ ਬੌਂਡ ਫਾਰਮ ਹੋਇਆ ਉਹਨੂੰ ਆਪਾਂ ਕਹਿੰਦੇ ਆਂ ਜੀ ਕੋਵੈਲੈਂਟ ਬੌਂਡ ਕੀ ਕਹ ਦਿੰਨੇ ਆਂ ਕੋਵੈਲੈਂਟ ਬੌਂਡ ਤੇ ਪਹਿਲਾ ਕੁਐਸਚਨ ਇੱਥੇ ਪੇਪਰ 'ਚ ਤੁਹਾਨੂੰ ਇਹ ਪੁੱਛਿਆ ਜਾ ਸਕਦਾ ਹੈ ਕਿ ਜਿਹੜਾ ਕਾਰਬਨ ਹੈ ਉਹ ਕਿੱਦਾਂ ਦੇ ਬੰਧਨ ਬਣਾਉਂਦਾ ਹੈ ਉਹ ਸਹਿਸਯੋਜਕ ਬੰਧਨ ਬਣਾਉਂਦਾ ਹੈ ਉਹ ਸਹਿਸਯੋਜਕ ਬੰਧਨ ਜਿਹੜੇ ਹੈ ਉਹ ਕਿਉਂ ਬਣਾਉਂਦਾ ਹੈ ਉਸ ਸਹਿਸਯੋਜਨ ਬੰਧਨ ਐਸਲੀ ਬਣਾਉਂਦਾ ਹੈ ਕਿਉਂਕਿ ਉਹਦੇ ਲਈ ਜਿਹੜੇ 4 ਇਲੈਕਟ੍ਰੋਨ ਲੂਜ਼ ਕਰਨਾ ਤੇ ਜਿਹੜੇ 4 ਇਲੈਕਟ੍ਰੋਨ ਗੇਨ ਕਰਨਾ ਉਹ ਬਹੁਤ ਹੀ ਜ਼ਿਆਦਾ ਕੀ ਹੈ ਔਖੇ ਹੈ ਟਫ ਹੈ ਠੀਕ ਹੈ ਜੀ ਅਗਲੀ ਡਿਸਕਸ਼ਨ ਕਰਾਂਗੀ ਇਸ ਚੈਪਟਰ ਦੀ ਕੀ ਜਿਹੜੀ ਰਿਵੀਜ਼ਨ ਉਹਦੇ ਵਿੱਚ ਅੱਗੇ ਮੈਂ ਟਾਈਪਸ ਆਫ ਕੋਵਲੈਂਟ ਬੌਂਡ ਯਾਨੀ ਕਿ ਜਿਹੜੇ ਬੰਧਨ ਹੈ ਸਹਿਸਯੋਜਨ ਬੰਧਨ ਹੈ ਉਹਨਾਂ ਦੀ ਕੀ ਜਿਹੜੇ ਟਾਈਪਸ ਹੈ ਹਾਂ ਉਹ ਕਿੱਦਾਂ ਦੀਆਂ ਤਾਂ ਬੇਟਾ ਜੀ ਉਹ ਹੁੰਦਾ ਜੀ ਜਿਹਨੂੰ ਆਪਾਂ ਇੰਗਲਿਸ਼ 'ਚ ਕਹ ਦਿੰਦੇ ਆ ਸਿੰਗਲ ਡਬਲ ਤੇ ਟ੍ਰਿਪਲ ਸਿੰਗਲ ਡਬਲ ਤੇ ਟ੍ਰਿਪਲ ਬੌਂਡ ਠੀਕ ਹੈ ਜੀ ਇੱਕਹਰਾ ਦੋਹਰਾ ਤੇ ਤਿਹਰਾ ਬੰਧਨ ਠੀਕ ਹੈ ਹੁਣ ਇਹਦੇ ਵਿੱਚ ਆਪਾਂ ਕੀ ਕਰਦੇ ਆ ਜੀ ਜਿਹੜਾ ਸਿੰਗਲ ਕੋਵਲੈਂਟ ਬੌਂਡ ਹੈ ਉਹ ਬਣਾਇਆ ਜਾਂਦਾ F2 ਵੱਲੋਂ Cl2 ਵੱਲੋਂ H2 ਵੱਲੋਂ ਜੇ ਮੈਂ ਡਬਲ ਕੋਵਲੈਂਟ ਦੀ ਇਗਜ਼ਾਮਪਲ ਦਮਾ ਤੇ ਇਥੇ ਬਹੁਤ ਅਚੀ ਇਗਜ਼ਾਮਪਲ ਆਕਸੀਜਨ ਦੀ ਹੈ ਜੇ ਮੈਂ ਟ੍ਰਿਪਲ ਦੀ ਦਮਾ ਤੇ ਇਥੇ ਨਾਈਟ੍ਰੋਜਨ ਦੀ ਹੈ ਸਿੰਗਲ ਕੋਵਲੈਂਟ ਬੌਂਡ ਚ ਇੱਕ ਹੋਰ ਉਦਾਹਰਨ ਹੈ CH4 ਜਿਹਦਾ ਪੇਪਰ 'ਚ ਬਹੁਤ ਜ਼ਿਆਦਾ ਫਾਰਮੂਲਾ ਪੁੱਛਿਆ ਜਾਂਦਾ ਹੈ CH4 C2H6 ਔਰ ਇਹ ਯਾਦ ਕਰ ਲੋ ਕਿ ਜਿਹੜਾ CH4 ਹੈ ਉਹ ਮੀਥੇਨ ਹੈ ਤੇ ਜਿਹੜਾ C2H6 ਹੈ ਉਹ ਕੀ ਹੈ ਇਥੇਨ ਹੈ ਉਨਮੇ ਹਾਈਡਰੋਜਨ ਮੋਲੀਕੂਲ ਦੀ ਜਿਹੜੀ ਹੈ ਉਹ ਤੁਹਾਡੇ ਨਾਲ ਸ਼ੇਅਰਿੰਗ ਦੀ ਗੱਲ ਕਰਾਂਗੀ हाइड्रोजन मॉलिक्यूल की जो मैं तो शेयरिंग की गल करा बेटा जी तुम्हें तो पता है कि हाइड्रोजन का जो अटोमिक नंबर है वन है, है और एक इलेक्ट्रॉन इधर होंगे है तो और एक इलैक्ट्रॉन इधर जो ये दो इलेक्ट्रॉन आपस मिल जाए हैं तो देयर इज अ शेयरिंग ऑफ इलैक्ट्रॉनस और ये दो जो डुपलेट है वो पूरा हो जाता है ਇਹ ਡੁਪਲੇਟ ਹੈ ਦੋਨਾਂ ਦਾ ਪੂਰਾ ਹੋ ਜਾਂਦਾ ਹੈ ਔਰ ਇਹਦੇ ਨਾਲ ਜਿਹੜਾ ਹੈ ਇੱਕ ਸਿੰਗਲ ਕੋਵਲੈਂਟ ਬੌਂਡ ਬਣ ਜਾਂਦਾ ਹੈ ਕੀ ਬਣ ਜਾਂਦਾ ਹੈ ਜੀ ਸਿੰਗਲ ਕੋਵਲੈਂਟ ਬੌਂਡ ਜਿਹਨੂੰ ਤੁਸੀਂ ਇੱਕ ਹੈਰਾ ਸੈਸਯੋਜਨ ਬੰਧਨ ਕਹਿੰਦੇ ਹੋ ਠੀਕ ਹੈ ਐਂਡ ਔਰ ਇਹ ਹਾਈਡਰੋਜਨ ਜਿਹੜਾ ਹੈ ਐਟਮ ਦੇ ਨਾਲ ਇੱਕ ਕੀ ਬਣ ਗਿਆ ਜੀ ਹਾਈਡਰੋਜਨ ਮੋਲੀਕਿਊਲ ਹਾਈਡਰੋਜਨ ਮੋਲੀਕਿਊਲ ਓਕੇ ਡੀਅਰ ਸਟੂਡੈਂਟਸ ਇੱਥੇ ਮੈਂ ਇੱਕ ਹੋਰ ਦੀ ਗੱਲ ਕਰਾਂਗੀ ਜਿਹਦੀ ਮੈਂ ਨਾਮ ਲਈ ਹੈ ਉਹਨੇ ਤੁਹਾਡੇ ਨਾਲ ਮੀਥੇਨ ਦੀ ਬੇਟਾ ਜੀ ਤੁਹਾਨੂੰ ਪਤਾ ਹੈ ਕਿ ਕਾਰਬਨ ਦੀ ਇਲੈਕਟ੍ਰੋਨਿਕ ਕਨਫਿਗਰੇਸ਼ਨ ਕਿੰਨੀ ਹੈ 2 4 ਔਰ ਯਾਨੀ 6 ਹਨਾ ਟੋਟਲ ਇਹਦਾ ਐਟੋਮਿਕ ਨੰਬਰ ਕਿੰਨਾ ਹੈ 6 ਜੇ ਮੈਂ ਗੱਲ ਕਰਾਂ ਨੰਬਰ ਆਫ ਵੈਲੈਂਸ ਇਲੈਕਟ੍ਰੋਨ ਦੀ ਤਾਂ ਕਾਰਬਨ ਦੇ ਵਿੱਚ 4 ਹੈ ਹੁਣ ਤੁਸੀਂ ਦੇਖ ਰਹੇ ਹੋ ਕਿ ਕਾਰਬਨ ਕਿਹਦੇ ਨਾਲ ਬੌਂਡ ਬਣਾ ਰਿਹਾ ਹੈ ਹਾਈਡਰੋਜਨ ਦੇ ਨਾਲ ਜਦੋਂ ਹਾਈਡਰੋਜਨ ਦੇ ਨਾਲ ਕਾਰਬਨ ਬੌਂਡ ਬਣਾਏਗਾ ਤੇ ਹਾਈਡਰੋਜਨ ਦੀ ਇਲੈਕਟ੍ਰੋਨਿਕ ਕਨਫਿਗਰੇਸ਼ਨ ਹੁੰਦੀ 1 ਠੀਕ ਹੈ ਜੀ ਹੁਣ ਜਦੋਂ ਕਾਰਬਨ ਹਾਈਡਰੋਜਨ ਦੇ ਨਾਲ ਇਲੈਕਟ੍ਰੋਨਿਕ ਕਨਫਿਗਰੇਸ਼ਨ ਕਰੇਗਾ ਠੀਕ ਹੈ ਜੀ ਕਾਰਬਨ ਹਾਈਡਰੋਜਨ ਦੇ ਨਾਲ ਤੇ ਠੀਕ ਹੈ ਜੀ ਇਹਦੇ ਬਾਅਦ ਵੈਲੈਂਸ ਇਲੈਕਟ੍ਰੋਨਸ ਸਾਡੇ ਕਿੰਨੇ ਆ ਚਾਰ ਇਲੈਕਟ੍ਰੋਨਸ ਠੀਕ ਹੈ ਜੀ ਇੱਥੇ ਕਿੰਨੇ ਚਾਰ ਇਲੈਕਟ੍ਰੋਨਸ ਠੀਕ ਹੈ ਤੇ ਇੱਥੇ ਸਾਡੇ ਕੀ ਹੈ ਜੀ ਇੱਕ ਇੱਕ ਯਾਨੀ ਕਿ ਚਾਰ ਹਾਈਡਰੋਜਨਸ ਨੇ ਆਪਣੇ ਇੱਕ ਇੱਕ ਇਲੈਕਟ੍ਰੋਨ ਸ਼ੇਅਰ ਕਰਤਾ ਔਰ ਜਦੋਂ ਇਹਨੇ ਆਪਣੇ ਇੱਕ ਇੱਕ ਇਲੈਕਟ੍ਰੋਨ ਸ਼ੇਅਰ ਕਰਤਾ ਤਾਂ ਇਹਨਾਂ ਦਾ ਡੁਪਲੇਟ ਕੰਪਲੀਟ ਹੋ ਗਿਆ ਔਰ ਕਾਰਬਨ ਦਾ ਕੀ ਕੰਪਲੀਟ ਹੋ ਗਿਆ ਜੀ ਕਾਰਬਨ ਦਾ ਆਕਟੇਟ ਕੰਪਲੀਟ ਹੋ ਗਿਆ ਮੈਂ ਹਮੇਸ਼ਾ ਕਹਿੰਨੀ ਆ ਹਮੇਸ਼ਾ ਕਿ ਜੇ ਡਿਫਰੈਂਟ ਡਿਫਰੈਂਟ ਐਟਮਸ ਆ ਤਾਂ ਉਹਨਾਂ ਦੇ ਜਿਹੜੇ ਡਾਟ ਹੈ ਜਾਂ ਕਰਾਸ ਹੈ ਉਹਨਾਂ ਨੂੰ ਉਹਨਾਂ ਦੇ ਜਿਹੜੇ ਇਲੈਕਟ੍ਰੋਨਸ ਹੈ ਉਹ ਡਿਫਰੈਂਟ ਡਿਫਰੈਂਟ ਸ਼ੇਪਸ ਦੇ ਨਾਲ ਤੁਸੀਂ ਰਿਪਰੈਜ਼ੈਂਟ ਕਰੋ ਤਾਂ ਕਿ ਤੁਹਾਨੂੰ ਪਤਾ ਲੱਗ ਜਾਏ ਐਂਡ देयर इज अ ਫਾਰਮੇਸ਼ਨ ਆਫ 4 ਸਿੰਗਲ ਕੋਵਲੈਂਟ ਬੌਂਡ देयर इज अ formation of four single covalent bond ਜਿਹਨੂੰ ਆਪਾਂ ਕੀ ਕਹਿੰਦੇ ਆ ਕਿ देयर इज अ फॉर्मेशन ऑफ ਮੀਥੇਨ ਠੀਕ ਹੈ ਜੀ ਹੁਣ ਜੇ ਮੈਂ ਗੱਲ ਕਰਾਂ ਕਿ ਤੁਹਾਡੇ ਨਾਲ ਫਾਰਮੇਸ਼ਨ ਕਿਹੜੇ ਹੋਰ ਕਿਸੇ ਮੋਲੀਕੂਲ ਦੀ ਤਾਂ ਆਪਾਂ ਆਕਸੀਜਨ ਦੀ ਇੱਕ ਐਗਜ਼ਾਮਪਲ ਕਰ ਲੈਂਦੇ ਆ ਬੇਟਾ ਜੀ ਆਕਸੀਜਨ ਦੇ ਵਿੱਚ ਬੰਦਾ ਹੈ ਜੀ ਡਬਲ ਬੌਂਡ ਆਕਸੀਜਨ ਦੇ ਵਿੱਚ ਡਬਲ ਬੌਂਡ ਬੰਦਾ ਹੈ ਠੀਕ ਹੈ ਜੀ ਆਕਸੀਜਨ ਦੀ ਇਲੈਕਟ੍ਰੋਨਿਕ ਕਨਫਿਗਰੇਸ਼ਨ ਹੁੰਦੀ ਹੈ 2 6 ਠੀਕ ਹੈ ਜੀ ਜੇ ਮੈਂ ਗੱਲ ਕਰਾਂ ਇਹਦੇ 6 ਇਲੈਕਟ੍ਰੋਨ ਵੈਲੇਂਸ ਚ ਹੁੰਦੇ ਨੇ ਦੂਜੇ ਵੀ ਆਕਸੀਜਨ ਦੇ ਕੀ ਹੋਣਗੇ ਜੀ ਛੇ ਇਲੈਕਟ੍ਰੋਨ ਕੀ ਹੋਣਗੇ ਜੀ ਵੈਲੈਂਸ ਦੇ ਵਿੱਚ ਠੀਕ ਹੈ ਜੇ ਹੁਣ ਮੈਂ ਇਨਾਂ ਚ ਬੌਂਡਿੰਗ ਦੀ ਗੱਲ ਕਰਾਂ ਤਾਂ ਇਨਾਂ ਚ ਕਿੱਦਾਂ ਦੀ ਬੌਂਡਿੰਗ ਹੋਏਗੀ ਜੀ ਆ ਦੇਖੋ ਜੀ ਹੁਣ ਇਹ ਕੀ ਕਰ ਰਿਹਾ ਹੈ ਆਪਸ ਦੇ ਵਿੱਚ ਕੀ ਕਰ ਰਿਹਾ ਹੈ ਜੀ ਸ਼ੇਅਰਿੰਗ ਕਰ ਰਿਹਾ ਹੈ ਕੀ ਕਰ ਰਿਹਾ ਹੈ ਜੀ ਸ਼ੇਅਰਿੰਗ ਕਰ ਰਿਹਾ ਹੈ ਸ਼ੇਅਰਿੰਗ ਕਰ ਰਿਹਾ ਹੈ ਔਰ ਦੋਨੋਂ ਜਾਣੇ ਆਪਣਾ ਜਿਹੜਾ ਹੈ ਉਹ ਆਕਟੇਟ ਕੰਪਲੀਟ ਕਰ ਰਿਹਾ ਹੈ ਐਂਡ ਥੇਅਰ ਇਜ਼ ਅ ਫਾਰਮੇਸ਼ਨ ਆਫ ਡਬਲ ਬੌਂਡ ਕੀ ਜੀ ਥੇਅਰ ਇਜ਼ ਅ ਫਾਰਮੇਸ਼ਨ ਆਫ ਡਬਲ ਬੌਂਡ ਠੀਕ ਹੈ ਐਦਾਂ ਹੀ ਜਿਵੇਂ ਨਾਈਟrogen ਦੀ ਆਪਾਂ ਗੱਲ ਕਰੀਏ ਤੇ ਨਾਈਟrogen ਚ देयर इज ਅ ਫਾਰਮੇਸ਼ਨ ਆਫ ਟ੍ਰिपल ਬੌਂਡ देयर इज ਅ ਫਾਰਮੇਸ਼ਨ ਆਫ ਟ੍ਰिपल ਬੌਂਡ ਠੀਕ ਹੈ ਜੀ ਤੁਸੀਂ ਹੋਰ ਵੀ ਮੋਲੀਕਿਊਲਸ ਦੀ ਫਾਰਮੇਸ਼ਨ ਕਰ ਸਕਦੇ ਹੋ ਅੱਗੇ ਮੈਂ ਗੱਲ ਕਰਾਂਗੀ ਐਲੋਟਰੋਪਸ ਆਫ ਕਾਰਬਨ ਦੀ ਜਿਹਦਾ ਕੀ ਕੁਐਸਚਨ ਤੁਹਾਡੇ ਸੁਪਰ 100 ਕੁਐਸਚਨਸ ਦੇ ਵਿੱਚ ਵੀ ਹੈ ਐਂਡ ਵੈਰੀ ਇੰਪੋਰਟੈਂਟ ਕੁਐਸਚਨ ਇਟ ਇਜ਼ ਐਲੋਟ੍ਰੋਪਸ ਆਫ ਕਾਰਬਨ ਪਿੰਨ ਰੂਪਤਾ ਦੀ ਗੱਲ ਕਰਾਂਗੀ ਤੇ ਤਿੰਨ ਮੇਨ ਐਲੋਟ੍ਰੋਪ ਹੈ ਕਾਰਬਨ ਦੇ ਜਿਨ੍ਹਾਂ ਨੂੰ ਆਪਾਂ ਕੀ ਕਹਿੰਦੇ ਆ ਜੀ ਡਾਇਮੰਡ ਗ੍ਰੇਫਾਈਟ ਹਨਾ ਜੀ ਔਰ ਬਕਮਨ ਫੂਲਰੀਨ ਬਕਮਿੰਸਟਰ ਫੂਲਰੀਨ ਠੀਕ ਹੈ ਜੀ ਇਹਤੇ ਇੱਕ ਗੱਲ ਮੈਂ ਤੁਹਾਡੇ ਨਾਲ ਬਹੁਤ ਹੀ ਇੰਪੋਰਟੈਂਟ ਕਰਨਾ ਚਾਹੁੰਦੀ ਆ ਕਿ ਪਿੰਨ ਰੂਪਤਾ ਦੇ ਵਿੱਚ ਡਾਇਮੰਡ ਨੂੰ ਆਪਾਂ ਹੀਰਾ ਕਹਿ ਦਿੰਦੇ ਆ ਜੀ ਪੰਜਾਬੀ ਚ ਇਹਨੂੰ ਆਪਾਂ ਗ੍ਰੇਫਾਈਟ ਕਹਿ ਦਿੰਦੇ ਆ ਬਿਜਲੀ ਦਾ ਬਹੁਤ ਅੱਛਾ ਚਾਲਕ ਹੈ ਭਾਵੇਂ ਨਾਨ ਮੈਟਲ ਹੈ ਬਕਮਿੰਸਟਰ ਫੁੱਲਰੀਨ ਵੀ ਕਹਿ ਦਿੰਦੇ ਆ ਇਹ ਚ ਕੁਐਸਚਨ ਜ਼ਿਆਦਾਤਰ 1 ਨੰਬਰ ਚ ਆ ਜਾਂਦਾ ਕਿ ਬਕਮਿੰਸਟਰ ਫੁੱਲਰੀਨ ਚ ਜਿਹੜੇ ਕਿੰਨੇ ਕਾਰਬਨ ਮਿਲ ਕੇ ਕਾਰਬਨ ਐਟਮਸ ਜੁਆਇੰਟ ਟੁਗੇਦਰ ਇੱਕ ਸਫੇਰੀਕਲ ਸ਼ੇਪ ਬਣਾਉਂਦੇ ਆ ਫੁੱਟਬਾਲ ਟਾਈਪ ਸ਼ੇਪ ਇਹਦੀ ਹੁੰਦੀ ਹੈ ਜੀ ਔਰ 60 ਕਾਰਬਨ ਮਾਲਿਕ ਐਟਮਸ ਜਿਹੜੇ ਮਿਲ ਕੇ ਹੈ ਉਹ ਇਹਨੂੰ ਬਣਾਉਂਦੇ ਨੇ ਠੀਕ ਹੈ ਜੀ ਅੱਗੇ ਜੇ ਮੈਂ ਤੁਹਾਡੇ ਨਾਲ ਗੱਲ ਕਰਾਂ ਕਿ ਡਾਇਮੰਡ ਦੀ ਹੀਰਾ ਤੇ ਗ੍ਰੇਫਾਈਟ ਦੀ ਜੀ ਇਹ ਪੈਨਸਲ ਦੇ ਲੈਡ ਦਾ ਸਿੱਕਾ ਹੁੰਦਾ ਹੈ ਠੀਕ ਹੈ ਇੱਕ ਕੁਐਸਚਨ ਹੋਰ ਬਹੁਤ ਹੀ ਇੰਪੋਰਟੈਂਟ ਪੁੱਛਿਆ ਜਾਂਦਾ ਹੈ ਕਾਰਬਨ ਦੇ ਬਾਰੇ ਵਰਸਟਾਈਲ ਨੇਚਰ ਆਫ ਕਾਰਬਨ ਕੀ ਗੱਲ ਹੈ ਕਾਰਬਨ ਦੇ ਵਿੱਚ ਕਿ ਉਹਦੇ ਇੰਨੇ ਸਾਰੇ ਕੰਪਾਊਂਡਸ ਜਿਹੜੇ ਹੈ ਉਹ ਉਸ ਜਿਹੜੇ ਹੈ अवेलेबल ਹੈ ਕੀ ਖਾਸੀਅਤ ਹੈ কার্বন ਦੀ ਕਿਉਂ কার্বন ਦੇ ਵਿੱਚ ਮਤਲਬ ਇੰਨੇ ਜ਼ਿਆਦਾ ਉਹਦੇ ਜਿਹੜੇ ਕੰਪਾਉਂਡਸ ਹੈ ਉਹ ਸਾਨੂੰ ਆਮ ਹੀ ਤੌਰ ਤੇ ਦਿਖ ਜਾਂਦੇ ਨੇ ਜਾਂ ਆਮ ਹੀ ਤੌਰ ਤੇ ਹਰ ਚੀਜ਼ ਜਿ ਆਪਾਂ ਕਹਿ ਦਿੰਦੇ ਹਾਂ ਕਾਰਬਨ ਜਿਹੜਾ ਹੈ ਮੌਜੂਦ ਹੈ ਉਹ ਬੇਟਾ ਜੀ ਇਸ ਲਈ ਆਪਾਂ ਕਹਿੰਦੇ ਆ ਕਿ ਇਹਦੀਆਂ ਦੋ ਪ੍ਰੋਪਰਟੀਆਂ ਬਹੁਤ ਹੀ ਇੰਪੋਰਟੈਂਟ ਹੈ ਲੈਟ ਅਸ ਡਿਸਕਸ ਦੋਸ ਪ੍ਰੋਪਰਟੀਆਂ ਪਹਿਲੀ ਪ੍ਰੋਪਰਟੀ ਦੀ ਗੱਲ ਕਰਾਂਗੀ ਮੈਂ ਪਹਿਲੀ ਪ੍ਰੋਪਰਟੀ ਜਿਹਨੂੰ ਆਪਾਂ ਕਹਿ ਦਿੰਦੇ ਆ ਦੈਟ ਇਜ਼ ਕੈਟੀਨੇਸ਼ਨ ਠੀਕ ਹੈ ਜੀ ਕੈਟੀਨੇਸ਼ਨ ਬੇਸਿਕਲੀ ਵਟ ਇਜ਼ ਕੈਟੀਨੇਸ਼ਨ ਕੈਟੀਨੇਸ਼ਨ ਇਜ਼ ਅ ਸੈਲਫ ਲਿੰਕਿੰਗ ਪ੍ਰੋਪਰਟੀ ਸੈਲਫ ਲਿੰਕਿੰਗ ਪ੍ਰੋਪਰਟੀ ਕੀ आपस आप लिंक करी जाओ ठीक है जी लाइक सिंगल बॉन्ड बना रहे हो चेन्स बना रहे हो होांश बना रहे हो होलीपाउंड बना रहे हो क्यों क्यों कैटनेशन मतलब पॉसिबल है दैट इज बिकॉज ऑफ स्मॉल साइज़ ऑफ कार्बन ठीक है जी स्मॉल साइज ऑफ ਕਾਰਬਨ ਤੇ ਦੂਜੀ ਗੱਲ ਹੈ ਕਿ ਕਾਰਬਨ ਦੇ ਕਾਰਬਨ ਦੇ ਵਿੱਚ ਜਿਹੜਾ ਬੌਂਡ ਹੁੰਦਾ ਹੈ that is very much strong very much strong ਠੀਕ ਹੈ ਜੀ ਦੂਜੀ ਗੱਲ ਹੈ ਟੈਟਰਾਵੈਲੈਂਟ ਨੇਚਰ ਆਫ ਕਾਰਬਨ ਕੀ ਹੈ ਜੀ ਟੈਟਰਾਵੈਲੈਂਟ ਨੇਚਰ ਆਫ ਕਾਰਬਨ ਟੈਟਰਾਵੈਲੈਂਟ ਨੇਚਰ 'ਚ ਕੀ ਗੱਲ ਕਰਾਂਗੀ ਟੈਟਰਾਵੈਲੈਂਟ ਆਫ ਨੇਚਰ 'ਚ ਇਹ ਗੱਲ ਕਰਾਂਗੀ ਕਿ ਜਿਹੜੀ ਕਾਰਬਨ ਦੀ ਵੈਲੈਂਸੀ ਹੈ ਕਾਰਬਨ ਹੈਸ ਕਿੰਨੀ ਵੈਲੈਂਸੀ ਜੀ 4 ਵੈਲੈਂਸੀ ਕਾਰਬਨ ਦੀ ਕਿੰਨੀ ਵੈਲੈਂਸੀ ਹੈ ਜੀ 4 ਵੈਲੈਂਸੀ ਹੈ ਔਰ ਇਹਦੇ ਕਰਕੇ ਕੀ ਹੁੰਦਾ ਹੈ ਜਿਹੜੀ ਕਾਰਬਨ ਦੀ ਕੈਪੇਬਿਲਟੀ ਹੈ ਕਿ ਉਹ ਬੌਂਡਿੰਗ ਕਰ ਸਕਦਾ ਹੈ ਠੀਕ ਹੈ ਔਰ ਇਹ ਦੋਨੋਂ ਜਿਹੜੀਆਂ ਚੀਜ਼ਾਂ ਹੈ ਯਾਨੀ ਕਿ ਕੈਟਿਨੇਸ਼ਨ ਇਟ ਟੈਟਰਾਵੈਲੈਂਟ ਨੇਚਰ ਆਫ ਕਾਰਬਨ ਹੈ ਜਿਹਦੇ ਕਰਕੇ ਬੇਸਿਕਲੀ ਜੇ ਤੁਸੀਂ ਕਹੋ ਕਿ ਕੈਟਿਨੇਸ਼ਨ ਨੂੰ ਆਪਾਂ ਲੜੀ ਬੰਧਨ ਕਹਿ ਦਿੰਨੇ ਆ ਪੰਜਾਬੀ ਦੇ ਵਿੱਚ ਕੀ ਕਹਿ ਦਿੰਨੇ ਆ ਜੀ ਲੜੀ ਬੰਧਨ ਠੀਕ ਹੈ ਜੀ ਔਰ ਜੇ ਮੈਂ ਗੱਲ ਕਰਾਂ ਇਹਦੀ ਟੈਟਰਾਵੈਲੈਂਟੀ ਦੀ ਤੇ ਇਹਨੂੰ ਆਪਾਂ ਟੈਟਰਾਵੈਲੈਂਟ ਦੀ ਤਾਂ ਇਹਨੂੰ ਆਪਾਂ ਚਾਰ ਸਯੋਜਕਤਾ ਕਹਿ ਦਿੰਦੇ ਆ ਕੀ ਕਹਿ ਦਿੰਦੇ ਆ ਜੀ ਚਾਰ ਸਯੋਜਕਤਾ ਠੀਕ ਹੈ ਜੀ ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ ਕਾਰਬਨ ਦਾ ਔਰ ਮੀਥੇਨ ਦਾ ਵੀ ਤੁਹਾਨੂੰ ਮੈਂ ਫਾਰਮੂਲਾ ਦੱਸਿਆ ਸੁਪਰ 100 ਕੁਐਸਚਨਸ ਦੇ ਵਿੱਚ ਮੀਥੇਨ ਦਾ ਫਾਰਮੂਲਾ ਪੁੱਛਿਆ ਗਿਆ ਹੈ ਇਹ ਕੁਐਸਚਨ ਵਿੱਚ ਇੱਕ ਨੰਬਰ ਦਾ ਹੋਰ ਪੁੱਛਿਆ ਗਿਆ ਕਿ ਹਾਊ ਮੈਨੀ ਕੋਵਲੈਂਟ ਬੌਂਡ ਆਰ ਪ੍ਰੈਜ਼ੈਂਟ ਇਨ C2H6 ਬੇਟਾ ਜੀ ਸਭ ਤੋਂ ਪਹਿਲੇ ਤੁਹਾਨੂੰ C2H6 ਦਾ ਫਾਰਮੂਲਾ ਪਤਾ ਹੋਣਾ ਚਾਹੀਦਾ ਹੈ ਪਰ ਉਸ ਤੋਂ ਬਾਅਦ ਤੁਹਾਨੂੰ ਕੋਵਲੈਂਟ ਬੌਂਡ ਕਿੰਨੇ ਆਣੇ ਚਾਹੀਦੇ ਆ ਕੋਵਲੈਂਟ ਬੌਂਡਸ ਆਰ ਥੀਸ 1 2 3 ਵਿਚ ਆਰ ਫਾਰਮਡ ਬਾਏ ਸ਼ੇਅਰਿੰਗ 4 5 6 7 ਤਾਂ ਤੁਹਾਡਾ ਆਨਸਰ 7 ਹੈ ਜੀ ਉਸ ਕੁਐਸਚਨ ਦਾ ਸੁਪਰ 100 ਕੁਐਸਚਨਸ ਦੇ ਵਿੱਚ ਇਹ ਵੀ ਕੁਐਸਚਨ ਹੈ ਔਰ ਇੱਕ ਕੁਐਸਚਨ ਹੈ ਕਿ ਮੀਥੇਨ ਦਾ ਜਿਹੜਾ ਤੁਹਾਨੂੰ ਪੁੱਛਿਆ ਗਿਆ ਹੈ ਅੱਗੇ ਜਿਹੜੀ ਮੈਂ ਗੱਲ ਤੁਹਾਡਾ ਕਰਨਾ ਚਾਹਣੀ ਆ ਆ ਕੀ ਮਤਲਬ ਇੱਕ ਜੇ ਇਹਦੀ ਆਪਾਂ ਇਹਦਾ ਨਾਮ ਦਈਏ ਤਾਂ ਬੇਸਿਕਲੀ ਇਹਦਾ ਨੇਮ ਕੀ ਹੈ ਈਥੀ ਇਹਦਾ ਨੇਮ ਕੀ ਹੈ ਈਥੀ ਠੀਕ ਹੈ ਡੀਅਰ ਸਟੂਡੈਂਟਸ ਅੱਛਾ ਜੀ ਅਗਲੀ ਗੱਲ ਮੈਂ ਤੁਹਾਡੇ ਨਾਲ ਜਿਹੜੀ ਜਲਦੀ ਜਲਦੀ ਆਪਾਂ ਜਿਹੜੀ ਰਿਵੀਜ਼ਨ ਕਰਨੀ ਹੈ ਹਾਈਆ ਪ੍ਰੂਵੀਜ਼ਨ ਆਪਾਂ ਇਹਨੂੰ ਕਹਿ ਦਿੰਨੇ ਆ ਇੱਕ ਮਤਲਬ ਨੋਟਸ ਇੱਕ ਤਰ੍ਹਾਂ ਦੇ ਤੁਹਾਡੇ ਲਈ ਉੱਚ ਮੈਂ ਟਾਈਪਸ ਤੋਂ ਅੱਜ ਨਾਲ ਡਿਸਕਸ ਕਰਨੀ ਹੈ ਵੈਸੇ ਤਾਂ ਟਾਈਪਸ ਇਨ ਬਰੀਫ ਨੋਮਨਕਲੇਚਰ ਸਭ ਕੁਝ ਘੱਟ ਦਿੱਤਾ ਗਿਆ ਪਰ ਜੇ ਮੈਂ ਟਾਈਪਸ ਗੱਲ ਕਰਾਂ ਤੇ ਸੈਚੂਰੇਟਿਡ ਹਾਈड्रोਕਾਰਬਨਸ ਠੀਕ ਹੈ ਨਾ ਸੰਤ੍ਰਿਪਤ ਹਾਈड्रोਕਾਰਬਨਸ ਦੋ ਤਰ੍ਹਾਂ ਦੇ ਹੁੰਦੇ ਨੇ ਜੀ ਤੇ ਅਨਸੈਚੂਰੇਟਿਡ ਹਾਈड्रोਕਾਰਬਨਸ ਠੀਕ ਹੈ ਜੀ ਅਨਸੈਚੂਰੇਟਿਡ ਹਾਈड्रोਕਾਰਬਨਸ ਹਾਈड्रोਕਾਰਬਨਸ ਐਂਡ ਅਨਸੈਚੂਰੇਟਿਡ ਹਾਈड्रोਕਾਰਬਨਸ ਠੀਕ ਹੈ ਜੀ ਇਹਦੇ ਚ ਆਪਾਂ ਗੱਲ ਕਰਾਂਗੇ ਕਿ ਜਿਹੜੇ ਸੈਚੂਰੇਟਿਡ ਹਾਈड्रोਕਾਰਬਨ ਹੈ ਉਹ ਹੈਗੇ ਆ ਜੀ ਅਲਕੀਨਸ ਠੀਕ ਹੈ ਅਲਕੀਨਸ ਜਨਰਲ ਫਾਰਮੂਲਾ ਤੁਸੀਂ ਯਾਦ ਕਰ ਲਓ CNHn2n+2 ਤੇ ਜੇ ਮੈਂ ਅਨਸੈਚੁਰੇਟਿਡ ਦੀ ਗੱਲ ਕਰਾਂ देयर इज अ ਫਾਰਮੇਸ਼ਨ देयर आर ਟੂ ਟਾਈਪਸ ਅਲਕੀਨਸ ਐਂਡ ਅਲਕਾਈਨਸ ਔਰ ਜੇ ਮੈਂ ਅਲਕੀਨਸ ਦੀ ਗੱਲ ਕਰਾਂ ਤਾਂ CNH2n ਦਾ ਫਾਰਮੂਲਾ ਹੁੰਦਾ ਹੈ ਤੇ ਜੇ ਮੈਂ ਅਲਕਾਈਨ ਦੀ ਗੱਲ ਕਰਾਂ CH CNH2n-2 ਇਹਦਾ ਫਾਰਮੂਲਾ ਹੁੰਦਾ ਹੈ ਠੀਕ ਹੈ ਜੀ ਇਹ ਤੇ ਅਲਕੀਨਸ ਦੀ ਆ CNH2n की चक्कर है बेटा जी सी एन एच टू एन प्लस टू का यह चक्कर है कि इफ़ एन इज़ वन अगर एन एक है तो जेडे कार्बन किन्ने हैं दैट इज वन दिस एंड वट इज सी टू टू प्लस टू सी एच फोर जिन्हों की कह दें मी थेन ठीक है सिमिलरली सू सी टू एच सिक्स जिन्होंने आप कह दें ई थेल ठीक है बेटा ये तो समझना बहुत जरूरी स ਇੰਨੀ ਕੀ ਰਿਵੀਜ਼ਨ ਤੁਸੀਂ ਕਾਰਬਨ ਹਾਈਡਰਡਸ ਕੰਪਾਊਂਡ ਦੀ ਕਰਨੀ ਹੈ ਕਿਉਂਕਿ ਇਹਦੀਆਂ ਕੈਮੀਕਲ ਪ੍ਰੋਪਰਟੀਆਂ ਤੁਹਾਡੇ ਸਿਲੇਬਸ 'ਚ ਨਹੀਂ ਹੈ ਇਹਦਾ ਨੋਮਨਕਲੇਚਰ ਤੁਹਾਡੇ ਸਿਲੇਬਸ 'ਚ ਨਹੀਂ ਹੈ ਪਲੱਸ ਸੋਪ ਐਂਡ ਡਿਟਰਜੈਂਟ ਟੌਪਿਕ ਜਿਹੜਾ ਹੈ ਉਹ ਤੁਹਾਡੇ ਸਿਲੇਬਸ ਦੇ ਵਿੱਚ ਨਹੀਂ ਹੈ ਠੀਕ ਹੈ ਜੀ ਤੇ ਇੰਨਾ ਕੀ ਤੁਸੀਂ ਇਸ ਚੈਪਟਰ ਨੂੰ ਅਗਰ ਕਰੋਗੇ ਤਾਂ ਵੈਲ ਕੁਆਲੀਫਾਈਡ ਤੁਸੀਂ ਮਾਰਕਸ ਲੈ ਸਕਦੇ ਹੋ ਤੇ ਇੱਕ ਹਰੀਆ ਪ੍ਰੋਵੀਜ਼ਨ ਸੀ ਤੁਹਾਡੇ ਲਈ ਮਿਲਦੇ ਹਾਂ ਤੁਹਾਡੇ ਨਾਲ ਅਗਲੇ ਲੈਕਚਰ ਚ ਟਿਲ ਥੈਨ ਗੁੱਡ ਬਾਏ ਟੇਕ ਕੇਅਰ ਡੀਅਰ ਸਟੂਡੈਂਟਸ